ਕਪੂਰਥਲਾ ਦੇ ਪਿੰਡ ਲਖਨ ਕਲਾਂ ਵਿਖੇ ਨਸ਼ਾ ਵਿਰੋਧੀ ਮੰਚ ਦੇ ਮੈਂਬਰ ਹਰਪ੍ਰੀਤ ਸਿੰਘ ਵੱਲੋਂ ਨਸ਼ਾ ਵੇਚਣ ਦਾ ਵਿਰੋਧ ਕਰਨ ਤੇ ਨਸ਼ਾ ਤਸਕਰਾਂ ਵੱਲੋਂ ਦੋ ਨੌਜਵਾਨਾਂ ਦੀਆਂ ਲੱਤਾਂ ਉੱਪਰ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਨੂੰ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਮੌਕੇ ਤੇ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੋਲੀ ਚਲਾਉਣ ਵਾਲਾ ਨਸ਼ਾ ਤਸਕਰ ਯੂਥ ਕਾਂਗਰਸ ਦਾ ਅਹੁਦੇਦਾਰ ਹੈ ਜੋ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਪੁਲਿਸ ਨੇ ਜ਼ਖਮੀ ਹੋਏ ਦੋਨੋਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਅੱਛਾ, ਕਿੱਥੇ ਰਹਿੰਦੇ ਹੋ? ਮੈਂ ਲੱਖਣ ਕਲਾਰੇ ਲਈ ਕਰਪਾਲ ਸਿੰਘ ਦੀ ਸਰਪੰਚ ਦੀ ਮੋਟਰ ਤੇ ਕੰਮ ਕਰਦਾ ਜੀ। ਅੱਛਾ, ਇਹ ਮੋਟਰ ਤੇ ਮੁੰਡੇ ਨਾਲ ਲੜਿਆ ਜੀ, ਮੁੰਡਾ ਮੋਟਰ ਤੇ ਭੱਜ ਕੇ ਆ ਗਿਆ, ਉੱਥੇ ਕੰਮ ਕਰਦਾ ਸੀ। ਅੱਛਾ, ਭੱਜ ਕੇ ਕੋਠੇ ਚੜ ਗਏ ਨਾ। ਮੈਂ ਕਿਹਾ ਮੁੰਡੇ ਨੂੰ ਤੁਸੀਂ ਕੱਖ ਕਹਿਣਾ ਨਹੀਂ, ਮੋਟਰ ਤੇ ਕਹਿਣਾ ਬਾਅਦ 'ਚ ਜੋ ਮਰਜ਼ੀ ਕਹਿ ਲਿਓ। ਬੰਦੇ ਬੁੰਦੇ ਆਏ ਪਿੰਡੋਂ, ਬੰਦੇ ਇਹਨੂੰ ਸਮਝਾਉਂਦੇ ਰਹੇ ਹੈਪੀ ਨੂੰ, ਬੰਦਿਆਂ ਦੀ ਹੈਪੀ ਹੈਪੀ ਨੇ ਇੱਕ ਹਵਾਈ ਫਾਇਰ ਮਾਰਿਆ ਜੀ, ਮੁੰਡਾ ਭੱਜ ਕੇ ਥੱਲੇ ਉੱਤਰ ਗਿਆ ਜੀ, ਇਹ ਮਗਰੋਂ ਚੜ੍ਹ ਗਏ ਉਹਦੇ ਦੁਆਲੇ। ਮੈਂ ਮੁੰਡੇ ਨੂੰ ਬਚਵਾਇਆ ਜੀ, ਇਹ ਮੇਰੇ ਮਾਰਨ ਲੱਗ ਪਏ ਟੋਕੇ ਨੇ, ਮੇਰੇ ਮਾਰੇ ਆ, ਮੇਰੇ ਵੱਖੀ ਮਾਰੇ, ਮੋਢੇ ਵੱਡੇ ਆ ਦੋਨੇ, ਅਤੇ ਆਹ ਬਾਂਹ ਵਾ ਜੀ। ਬਾਂਹ 'ਤੇ ਕੀ ਮਾਰਿਆ? ਟੋਕਾ ਮਾਰਿਆ ਜੀ। ਉਹ ਕਹਿੰਦੇ ਆ ਕਿ ਇਹ ਨਸ਼ਾ ਸਪਲਾਈ ਕਰਦੇ ਆ ਤੁਸੀਂ ਤੇ ਉਹ? ਨਹੀਂ ਨਹੀਂ ਜੀ, ਮੈਂ ਤਾਂ ਕੰਮ ਕਰਦਾ ਜੀ ਉੱਥੇ, ਪੁੱਛ ਲਓ ਜਿਹਨੂੰ ਮਰਜ਼ੀ। ਇੰਨੇ ਬੰਦੇ ਸੀ ਜੀ, ਉਹਨਾਂ ਜਿਹਨੂੰ ਮਰਜ਼ੀ ਪੁੱਛ ਲਈ, ਉੱਥੇ ਸਰਪੰਚ ਪਿੰਡ ਦਾ ਵੀ ਦੱਸ ਦੂਗਾ, ਜਿਹੜਾ ਮਾਲਕ ਜਿਹਦੇ ਲੱਗਾ ਕੰਮ ਤੇ ਉਹ ਵੀ ਤੁਹਾਨੂੰ ਦੱਸ ਦੂਗਾ ਵੀ ਸਪਲਾਈ ਕਰਦਾ ਕੀ ਕਰਦਾ ਜੀ। ਮੈਂ ਤਾਂ ਦੇਖੋ ਪੈਰ ਪਰੇ, ਮੈਂ ਤਾਂ ਖੇਤੀ ਕਰਨ ਡਿਆ ਜੀ ਉੱਥੇ। ਮੇਰੇ ਤਾਂ ਟੋਕਾ ਵੱਜ ਗਿਆ ਜਦੋਂ ਇਹਨਾਂ ਖੰਡਾਸੇ ਚਲਾਉਣੇ ਸ਼ੁਰੂ ਕਰਤੇ। ਮੈਂ ਹੈਪੀ ਨੂੰ ਕਿਹਾ, ਹੈਪੀ ਆਪਾਂ ਬਹਿ ਗਏ ਜਿੱਦਾਂ ਜਾਂ ਮੰਨੇ ਨੂੰ ਧੜੀ ਬਹਿ ਗਏ। ਗੋਲੀਆਂ ਵੱਜੀਆਂ ਉਹਨਾਂ ਨੇ ਚਲਾਈ ਆ? ਹਾਂਜੀ, ਗੋਲੀਆਂ ਵੱਜੀਆਂ ਦੂਜੀ ਧਿਰ ਦੇ, ਦੋ ਜਣਿਆਂ ਦੇ ਪੱਟਾਂ ਦੇ ਵੱਜੀਆ, ਉਹ ਚਲਾਈ ਆ ਜਿਹਨਾਂ ਵੱਲੋਂ ਤੁਹਾਡੇ ਵੱਲੋਂ ਚਲਾਈ ਆ ਜੀ, ਤੁਹਾਡੀ ਟੀਮ ਵੱਲੋਂ। ਹੁਣ ਮੇਰੇ ਖੰਡਾਸਾ ਵੱਜ ਗਿਆ, ਹੁਣ ਪਤਾ ਨਹੀਂ ਕਿੰਨੇ ਚਲਾਈਆਂ ਚਲਾਈ ਚੱਲੀ ਆ ਤੁਹਾਡੀ ਟੀਮ ਵੱਲੋਂ ਗਈ, ਤਾਂ ਹੀ ਉਹਨਾਂ ਦੇ ਵੱਜੀਆ, ਉਹਨਾਂ ਆਪ ਦਾ ਮਾਰਨ ਤੋਂ ਰਹੇ ਆਪਣੇ ਆਪ ਆਪਣੇ ਆਪ ਦੇ। ਇਹ ਹੁਣ ਇਹਨਾਂ ਨੂੰ ਪਤਾ ਹੋਇਆ ਮੇਰੇ ਗੰਡਾਸਾ ਵਜ ਗਿਆ ਫਿੱਟ? ਅਸੀਂ ਤਾਂ ਗੱਲ ਹੀ ਕਰਦੇ, ਮੈਂ ਹੈਪੀ ਨਾਲ, ਹੈਪੀ ਇੱਕ ਤੁਹਾਡੀ ਬੈਗ ਨਿਬੇੜ ਲੈਂਦੇ, ਇਹ 25-30 ਜਣੇ ਹੋਏ ਇਕੱਠੇ। ਹੈਪੀ ਅੱਜ ਲੱਖਾਂ ਵਾਲਾ ਜਿਹੜੀ ਆ ਬੋਲੀ ਦੀ ਅੱਜ ਵਾਰਦਾਤ ਹੋਈ, ਨਸ਼ੇ ਦੇ ਕੋਈ ਵਪਾਰੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ, ਦੋ ਜਣਿਆਂ ਦੇ ਲੱਤਾਂ 'ਤੇ ਗੋਲੀਆਂ ਵੱਜੀਆਂ, ਪੂਰੀ ਹਾਲਤ ਵਿੱਚ ਐਮਰਜੈਂਸੀ 'ਚ ਆਏ ਆ, ਕੀ ਸਾਰਾ ਮਾਮਲਾ? ਇਹ ਸਾਨੂੰ ਟੈਲੀਫੋਨ 'ਤੇ ਤਲਾਹ ਮਿਲੀ ਸੀ, ਲੱਖਣ ਕਲਾਂ ਪਿੰਡ ਦੇ ਵਿੱਚ ਲੜਾਈ ਹੋਈ ਆ, ਇਹ ਪੱਕੀ ਸੜਕ 'ਤੇ ਹੋਈ ਆ। ਉਹਨਾਂ ਦੇ ਕਹਿਣ ਮੁਤਾਬਕ ਹਲੇ ਪਿੰਡ ਤੋਂ ਅਸੀਂ ਪ੍ਰਾਇਮਰੀ ਇਨਕੁਆਇਰੀ ਕੀਤੀ ਆ ਵੀ ਇਹ ਮੋਟਰਸਾਈਕਲ 'ਤੇ ਜਾ ਰਿਹਾ ਸੀ, ਇਹਨਾਂ ਦੀ ਆਸ ਵਿੱਚ ਹੀ ਰਸਤੇ ਨੂੰ ਲੈਨ ਰੇਡ ਕ੍ਰੋਸ ਕਰਨ ਕਰਕੇ ਲੜਾਈ ਹੋਈ ਆ, ਜਿਹੜੇ 4 ਬੰਦੇ ਜ਼ਖਮੀ ਹੋਏ ਆ, 2 ਬੰਦਿਆਂ 'ਤੇ ਗੋਲੀ ਲੱਗੀ ਆ, 2 ਬੰਦੇ ਜਿਹੜੇ ਸੱਟਾਂ ਲੱਗੀਆਂ, ਅਤੇ ਉਹਨਾਂ ਦੇ 4 ਬੰਦੇ ਦਾਖਲ ਆ। ਇਹਨਾਂ ਦਾ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ, ਲੀਗਲ ਕਾਰਵਾਈ ਕੀਤੀ ਜਾ ਰਹੀ ਆ। ਸਰ ਕਹਿੰਦੇ ਨਸ਼ੇ ਨੂੰ ਲੈ ਰਹੇ ਨਸ਼ੇ, ਪਰ 4 ਬੰਦੇ ਇੱਕੋ ਪਿੰਡ ਦੇ ਆ ਜੀ, ਇਹਨਾਂ ਦੇ ਪਿੰਡੋਂ ਮੈਂ ਜਾ ਕੇ ਆਇਆ, ਉਹ ਇਹ ਵੀ ਪਤਾ ਲੱਗਾ ਵੀ ਇਹਨਾਂ ਦੀ ਪਹਿਲਾਂ ਵੀ ਰੰਗਸ਼ਵਾਈ ਚੱਲਦੀ ਆ, ਬਾਕੀ ਜੋ ਵੀ ਗੱਲ ਸਾਹਮਣੇ ਆਊਗੀ ਉਹ ਉਸ ਅਨੁਸਾਰ ਕਾਰਵਾਈ ਕੀਤੀ ਜਾਊ। ਸਰ ਜਿਹਨਾਂ ਬੋਲੀ ਚਲਾਈ ਉਹ ਕਹਿੰਦੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਹੈ ਜੀ, ਉਹ ਇੱਦਾਂ ਦੀ ਮੇਰੇ 'ਤੇ ਅੱਜ ਕੋਈ ਗੱਲ ਨਹੀਂ ਆਈ, ਨਾ ਕੋਈ ਕਿਸੇ ਟੈਲੀਫੋਨ ਆਇਆ, ਨਾ ਕੋਈ ਗੱਲ ਆਈ ਇੱਦਾਂ ਦੀ। ਪਰ ਇਹ ਇੱਕੋ ਪਿੰਡ ਦੇ ਆ, ਇੱਕੋ ਹੀ ਮਾਝੇ ਦੇ ਆ, ਮਾਝੀ ਸਿੱਖ ਚਾਰੇ ਮੁੰਡੇ ਆ, ਇੱਕੋ ਹੀ ਉਮਰ ਦੇ ਆ, ਇਹਨਾਂ ਦੀ ਰੰਗਸ਼ਪਾਈ ਦੀ ਗੱਲ ਸਾਹਮਣੇ, ਬਾਕੀ ਜੋ ਵੀ ਸਾਹਮਣੇ ਆਇਆ ਉਸ ਅਨੁਸਾਰ ਕਾਰਵਾਈ। ਜਿਹਨਾਂ ਦੇ ਗੋਲੇ ਲੱਗੇ ਉਹ ਕਹਿੰਦੇ ਸੀ ਆਪਣੇ ਆਪ ਨੂੰ ਕੋਈ ਨਸ਼ਾ ਛਡਾਓ ਕਹਿੰਦੇ, ਮੈਂਬਰ ਵੀ ਦੱਸਦੇ ਆ। ਹੋ ਸਕਦੇ ਆ ਜੀ, ਪਰ ਮੈਨੂੰ ਇਹਦੇ ਬਾਰੇ ਹਾਲੇ ਨਹੀਂ ਪਤਾ ਜੀ।